ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਵੈਲਕਮ ਕਰਦੇ ਹਾਂ ਜੀ ਭਿੰਡਰ ਡੇਅਰੀ ਫਾਰਮ ਵਿੱਚ। ਆਪਾਂ ਪਹੁੰਚ ਚੁੱਕੇ ਹਾਂ ਪਿੰਡ ਸੁਧਾਰ, ਜ਼ਿਲ੍ਹਾ ਅੰਮ੍ਰਿਤਸਰ, ਤਹਿਸੀਲ ਬਾਬਾ ਬਗਾਲਾ ਸਾਹਿਬ ਜੀ। ਇਸ ਘਰ ਦੇ ਵਿੱਚੋਂ ਪਹਿਲਾਂ ਵੀਡੀਓ ਬਣਦੀ ਰਹਿੰਦੀ, ਅੱਜ ਫਿਰ ਪਹੁੰਚੇ ਹਾਂ। ਵੀਰ ਨੇ 5 ਤੋਕੜਾਂ ਸੇਲ ਕਰਨੀਆਂ ਜੀ, ਅਤੇ ਮੁੱਲ ਬਿਲਕੁਲ ਜਾਇਜ਼ ਆ। ਇੱਕ ਵੈੜ 20,000 ਤੋਂ ਬਾਹਰ ਆ, ਬਾਕੀ ਸਾਰੀਆਂ ਅੰਦਰ ਆ। ਕੋਈ 10,000 ਦੀ, ਕੋਈ 11,000 ਦੀ, ਅਤੇ ਕੋਈ 12,000 ਦੀ, ਅਤੇ ਕੋਈ 14,000 ਦੀ, ਅਤੇ ਬਾਕੀ ਡਿਟੇਲ ਆਪਾਂ ਵੀਰ ਕੋਲ ਲੈ ਲਾਂਗੇ। ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਇਹ ਆ, ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ, ਸੂਹੇ ਸਵਾਏ ਪਸ਼ੂ ਨੂੰ 2 ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ। ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਣ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ, ਤਾਂ ਜੋ ਕਿਸੇ ਵੀ ਕਿਸਮ ਦਾ ਲਾਮਾ ਨਾ ਰਹਿ ਸਕੇ। ਆਪਾਂ ਵੀਰ ਨਾਲ ਗੱਲਬਾਤ ਕਰਾਉਂਦੇ ਹਾਂ, ਡਿਟੇਲ ਲੈਂਦੇ ਹਾਂ ਜੀ ਇਹਨਾਂ ਦੀ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ ਆ ਜੀ? ਚੜ੍ਹਦੀ ਕਲਾ ਭਾਜੀ, ਤੁਸੀਂ ਸੁਣਾਓ? ਵਧੀਆ, ਠੀਕ ਠਾਕ, ਚੜ੍ਹਦੀ ਕਲਾ ਜੀ। ਹੋਰ ਕਿੱਦਾਂ ਗੱਲਬਾਤ? ਸਭ ਚੜ੍ਹਦੀ ਕਲਾ, ਚੜ੍ਹਦੀ ਕਲਾ। ਕਿੱਦਾਂ ਮਾਲ ਫਿਰ ਕਿੱਥੇ ਕਿੱਥੇ ਘੱਲਤਾ ਸਾਰਾ? ਮਾਲ ਬੜੀ ਦੂਰ, ਦੂਰੋਂ ਹੀ, ਦੂਰ ਹੀ ਘੱਲਿਆ ਕਿ ਨੇੜੇ ਵੀ ਘੱਲਿਆ? ਦੂਰ ਵੀ, ਨੇੜੇ ਵੀ, ਜਿੱਥੋਂ ਮੇਰਾ ਵੀਰ ਭਰਾ ਕੋਈ ਫੋਨ ਕਰਦਾ ਦੇ ਦੇਗਾ, ਕੋਈ ਗੱਲ ਨਹੀਂ। ਠੀਕ ਆ, ਕਿਸੇ ਨੂੰ ਨਾਰਾਜ਼ ਤਾਂ ਨਹੀਂ ਕੀਤਾ? ਮੈਨੂੰ ਨਾਰਾਜ਼ ਕਰਨਾ ਹੀ ਕਰਤਾ ਆਪਾਂ। ਠੀਕ ਹੈ, ਮੁੱਲ ਤਾਂ ਤੁਹਾਡੇ ਨਿੱਕੇ ਨਿੱਕੇ ਹੁੰਦੇ? ਮੁੱਲ ਹੁੰਦੇ, ਉਹਨਾਂ ਦੁੱਧ ਕੱਢਦੀਆਂ ਜਿੰਨਾ ਪਾ ਕੇ ਮੁੱਲ ਮੰਗੀਦਾ, ਸਿਰਫ ਆਪਾਂ 1,000-2,000 ਹੱਦ 2,000 ਰੁਪਏ ਕੱਢਣ ਚ ਲਈਦਾ। ਠੀਕ ਆ, ਉਹ ਵੀ ਨਵਾਉਣ ਧਵਾਉਣ ਦਾ ਹੀ? ਮੈਂ ਇੰਨਾ ਵੇਖ ਸਹੀ, ਮੈਂ ਸਾਬਣ ਹੀ ਨਵਾਂ ਲੈ ਕੇ ਆਇਆ ਜਾ ਜਿਹੜਾ ਵੀ ਸਭ ਤੋਂ ਘੱਟ ਆ, ਤੇ ਲਾਸਟ 25-26 ਤੱਕ? ਲਾਸਟ 27,000 ਰੁਪਇਆ। 27,000, ਠੀਕ ਆ। ਤੇ ਐਡਰੈਸ ਦੱਸ ਦੇ ਵੀਰ। ਵੀਰ ਨਾਮ ਮੇਰਾ ਗਿਆਨ ਸਿੰਘ, ਪਿੰਡ ਸੁਧਾਰ ਰਾਜਪੂਤਾ, ਤਹਿਸੀਲ ਬਾਬਾ ਗਾਲਾ ਸਾਹਿਬ, ਜ਼ਿਲ੍ਹਾ ਅੰਮ੍ਰਿਤਸਰ। ਠੀਕ ਆ। ਮੋਬਾਈਲ ਨੰਬਰ 98-762-84-69। ਤੋਰਲਾ ਜਰਸੀ ਪਹਿਲੇ ਨੰਬਰ ਵਾਲੇ? ਆਪਣਾ ਗੱਲ ਸੁਣੋ ਪਹਿਲਾਂ ਗੱਲ। ਹਾਂਜੀ ਹਾਂਜੀ, ਦੱਸੋ ਜੀ। ਆਪਣੇ ਲਾਗੇ ਮਹਿਤਾ ਪੈਂਦਾ ਵਾ ਕੋਈ 10 ਕਿਲੋਮੀਟਰ। ਹਾਂਜੀ। ਆਪੇ ਡੇਰਾ ਬਿਆਸ ਪੈਂਦਾ ਵਾ 10 ਕਿਲੋਮੀਟਰ। ਠੀਕ ਆ। ਰਈਆ ਪੈਂਦਾ 6 ਕਿਲੋਮੀਟਰ। ਠੀਕ ਆ ਜੀ। ਤੇ ਖਰਚੀਆਂ ਪੈਂਦਾ 6 ਕਿਲੋਮੀਟਰ। ਠੀਕ ਆ ਜੀ। ਠੀਕ ਆ, ਤੇ ਚਲੋ ਤੁਸੀਂ ਐਡਰੈਸ ਮੇਰੇ ਵੀਰ ਪਹਿਲਾਂ ਦੱਸ ਦੇਣਾ ਪੈਂਦਾ ਵੀ ਅਸੀਂ ਇੱਥੇ ਬੈਠਾ ਵਿਚਕਾਰ ਰਿਹਾ ਮੈਂ, ਬੈਠੇ ਦੇ ਤੇ ਬਿਆਸ ਦੇ ਤੇ ਖਰਚੀਆਂ। ਠੀਕ ਆ ਜੀ। ਹਾਂ, ਤੇ ਜਨਿਆਲਾ 17 ਕਿਲੋਮੀਟਰ ਹੀ ਮਿਲਦਾ। ਜਰਸੀ ਤੋਂ ਕਰੀਏ ਸ਼ੁਰੂਆਤ? ਜਰਸੀ ਓਏ ਮੂੰਹ ਰੱਖੀ ਨਾ, ਆਹ ਵੇਖ ਕਰੋ ਚੈੱਕ, ਜਰਸੀ ਪਿਓਰ ਸੋਹਣੀ ਸੁਨੱਖੀ ਪੂਰੀ। ਸਿਰਫ ਇੱਕ ਲਿੱਸਾ ਪਨ ਹੈਗਾ ਮਾੜਾ ਜਿਹਾ ਦੇ, ਲਿੱਸਾ ਪਨ ਆਹ ਵੇਖੋ ਜੀ, ਜਿੱਡੀ ਕੁ ਜਰਸੀਆਂ ਦਾ ਕੱਦ ਹੁੰਦਾ ਉੱਡੀ ਕੁ ਜਰਸੀ ਆ ਜੀ। ਇਹ ਵੱਡੀ ਨਹੀਂ ਗੀ, ਇਹ ਛੋਟੀ ਜਰਸੀ ਆ। ਤੇ ਦੁੱਧ ਵੀਰ ਕਿੰਨਾ ਇਹਦੇ ਕੋਲ? ਦੁੱਧ ਵੀ ਜੇ ਲੀਟਰ ਮਾਰ ਹੀ ਲੈਣੇ ਹੁਣ ਇਸ ਟਾਈਮ ਪਾਸੇ ਆਪਣੇ ਕੋਲ। ਹਾਂ, 6 ਕਿਲੋ ਲਿਆ ਕਰਦਾ। 6 ਕਿਲੋ, 6 6.5 ਬਸ, 6 ਕਿਲੋ 5.5 ਮੰਨ ਲਓ। 5.5 ਮੰਨੋ ਮੇਰੀ ਗੱਲ। ਆਹ ਵੇਖੋ, ਸੂਈ ਨੂੰ ਪਤਾ ਕੁਝ ਵੀਰ ਜੀ ਕਿੰਨਾ ਚਿਰ ਹੋ ਗਿਆ? ਖਾਣ ਥੋੜਾ ਸੋਹਣਾ ਲੱਗਾ ਆਪਾਂ, ਹਨਾ ਮੁੱਠੀ ਦੀ ਚਵਾਲ। ਇੰਨਾ ਪਹਾੜਾ ਵੀ ਨਹੀਂ ਪਾਉਣਾ ਪੈਂਦਾ। ਅੱਛਾ, ਪਹਾੜਾ ਪਾਉਣ ਦੀ ਨਹੀਂ ਲੋੜ, ਫੀਡ ਹੋਣੀ ਪਾਉਣੀ ਪੈਂਦੀ, ਬਿਲਕੁਲ ਠੰਡੀ ਆ। ਮੈਂ ਨਾ ਵੀ ਜੇ ਤੂੰ ਫੀਡ ਪਾ ਦਿੱਤੀ ਨਾ, ਹਾਂਜੀ, ਇਹਨੇ ਖੁਦ ਆਪ ਸਾਹ ਖਲੋ ਜਾਣਾ, ਪਿੱਛੇ ਹੋ ਖਲੋ ਜਾਣਾ। ਠੀਕ ਨਹੀਂ ਖਾਣੀ, ਸਟੋਂ ਲੱਗਿਆ, ਰੱਸੀ ਨਹੀਂ ਕੋਈ ਪਾਉਣੀ ਇਹਨੂੰ। ਠੀਕ ਆ, ਕੁਝ ਨਹੀਂ ਕਰਨਾ। ਹਾਂਜੀ, ਠੰਡੀ ਸੀਲ ਆ। ਠੀਕ ਆ। ਹਾਂ, ਤੇ ਕਿੰਨਾ ਮੁੱਲ ਕਰਨਾ ਵੀਰ ਇਹਦਾ? ਇਹਦਾ ਵੀਰ ਮੁੱਲ ਹੀ ਲੈਣ ਦੇ ਦਾ 12,000 ਰੁਪਇਆ। ਹਾਂਜੀ, ਸਿਰਫ ਕੁਝ ਤੋਂ 500 ਰੁਪਇਆ ਛੋੜ ਹੀ ਹੋਣੀ।
ਅੱਛਾ ਥਣਾ ਦੀ ਕੋਈ ਬਾਹਰ ਘਾਟ ਨਹੀਂ ਹੈਗੀ? ਕੋਈ ਨਹੀਂ ਜੀ, ਕੋਈ ਨਹੀਂ। ਇਹ ਕਿੱਡਾ ਦੇ ਦੋ। ਹਾਂਜੀ ਹਾਂਜੀ, ਆਹ ਵੇਖੋ ਜੀ, ਸੋਹਣੀ ਆ ਜੀ, ਠੀਕ ਆ। ਮੈਂ ਨਾ ਖਰੀ ਆ ਭਾਈ, ਕੋਈ ਸਾਂਭ ਕਰ ਲੈਣਾ ਇਹਦੀ ਫੜ ਕੇ। ਹਾਂਜੀ, ਚੰਗਾ ਬੰਦਾ ਕੋਈ। ਜੀ ਜੀ, ਦੁੱਧ 10 ਲੀਟਰ ਨਾ ਕਰੇ। ਬਾਕੀ ਗਾਂ ਬੱਚੇ ਵੀ ਲੈ ਸਕਦਾ ਵਾ ਕੋਈ, ਬਣੀ ਕਿ ਨਹੀਂ ਕਿਤੇ? ਪਤਾ ਨਹੀਂ ਭਾਈ, ਆਪਾਂ ਤਾਂ ਸਰ ਪੱਤਾ ਹੀ ਕੋਈ ਨਹੀਂ। ਤੇ ਮਾਣ ਤਾਣ ਕਰਤਾ ਵਾ ਨਾ? ਸਿਰਫ 500 ਰੁਪਏ ਛੋੜ ਕਰਾਂਗੇ। 12,000 12,000 11,500 ਦੇਣੀ ਆ ਜਿਹੜੀ। ਤੇ ਆਹ ਜਿਹੜੀ ਇਹ ਘਰ ਆਹੀ ਜੋੜਾ ਇੱਕੋ ਬਣਾਇਆ ਦਾ? ਅੱਛਾ, ਦੋਵੇਂ ਇੱਕੇ ਕਰਵਾਈਆਂ? ਹਾਂ, ਉਹਨਾਂ ਦਾ ਥੋੜੀ ਪ੍ਰੋਬਲਮ ਜੀ ਪੈ ਗਈ ਸੀ। ਹਾਂਜੀ, ਸੂਈ ਨੂੰ 1.5 ਮਹੀਨਾ ਨੇ। ਅੱਛਾ, 1.5 ਮਹੀਨਾ ਹੋ ਗਿਆ ਸੂਈ ਨੂੰ? 1.5 ਮਹੀਨਾ ਆ ਗਿਆ ਇਹਨੂੰ। ਠੀਕ ਆ, ਕਹਿੰਦਾ ਵਛਾ ਮਰ ਗਿਆ। ਵਛਾ ਮਰ ਗਿਆ ਦੁੱਧ ਹੀ, ਜਿਹਦੇ ਮੈਂ ਉਹਨਾਂ ਤੋਂ ਲੈ ਗਿਆ ਵਾ। ਹਾਂਜੀ, 6-7 ਲੀਟਰ। ਅੱਛਾ, ਮੇਰੇ ਕੋਲ ਆਣ ਕੇ ਵੀ ਕਿਲੋ ਘੜ ਗਈ। ਹੁਣ ਕਿੰਨਾ? 5 ਹੋ ਜੇ, 5.5। 5-5.5 ਹੋ ਜੇ, ਹੈ ਨਾ? ਠੀਕ ਆ, ਇੰਨਾ ਹੀ। ਸੋਹਣੀ ਬੜੀ ਆ, ਦੁੱਧ ਸਾਂਭ ਕਰ ਲੂਗਾ ਨਾ। ਅਤੇ ਮੈਨੂੰ ਮੈਂ ਜਾਂ ਵੀ ਇਹਨੇ ਸੋਹਣੀ ਪੂਰੀ ਆ, ਰੰਗ ਵੇਖੋ ਕਿੱਡਾ ਸੋਹਣਾ ਹੈਗਾ। ਟਾਈਮ 3:00 ਟਾਈਮ ਜੀ। ਹਾਂਜੀ, ਬਾਕੀ ਸੋਹਣੀ ਇਹ ਵੀ ਪੂਰੀ ਆ। ਇਹਦਾ ਵੀਰ ਜੀ ਮੁੱਲ ਕਿੰਨਾ ਕਰਨਾ? 15,000 ਮਾਣ ਤਾਣ ਹੋ ਜੂਗਾ। 14,500 ਦੀ ਠੀਕ। ਬਾਕੀ ਇਹ ਸੋਹਣੀ ਸੁਨੱਖੀ ਪੂਰੀ ਹੈ, ਠੀਕ ਹੈ ਜੀ, ਠੀਕ ਹੈ। ਮੂੰਹ ਤਾਂ 6 ਦੰਦ ਠੀਕ ਆ, ਉਹ ਜਵਾਨ ਹੈ 6 ਦੰਦ। ਅੱਛਾ, ਇਹ ਜਵਾਨ ਹੋ ਗਈ ਤੇ 6 ਦੰਦ ਤੇ ਬਣੀ ਦਾ ਇਹਦਾ ਵੀ ਨਹੀਂ ਪਤਾ ਹਨਾ? ਘਰ ਵਾਲਿਆਂ ਦੇ ਕਹਿਣ ਦੇ ਮੁਤਾਬਕ ਨਾ ਇਹਨੂੰ ਸੂਈ ਨੂੰ 1.5 ਮਹੀਨਾ ਹੋਇਆ ਜੀ। ਅੱਛਾ, ਹਾਂ ਠੀਕ ਆ। ਬਾਕੀ 2 ਕੜ ਮੰਨ ਕੇ ਹੀ ਲਵੇ ਅਗਲਾ, ਇਹ ਨਾ ਕੋਈ ਕਵੇ ਕਿ ਹੁਣ 12,000 ਮੁੱਲ ਕਰਦਾ ਵਾ ਤੇ ਕੋਈ ਕਹਦੇ ਵੀ ਸੱਜਰ ਸੂਈ ਹੋਊਗੀ। ਹਾਂਜੀ, ਤੇ ਆਹ ਜਿਹੜੀ ਆ ਇਹ ਵੀਰ ਟੋਕੜੇ ਦੀ, ਇਹ ਵੀ ਟੋਕੜ, ਸਾਰੀਆਂ ਟੋਕੜਾਂ ਵਾ। ਮੈਂ ਇਹ ਪੁੱਛਿਆ ਵੀ ਇਹਦਾ ਦੁੱਧ ਕਿੰਨਾ? ਦੁੱਧ ਵੀ 6 ਕਿਲੋ 6 ਕਿਲੋ ਦੁੱਧ, 6 ਕਿਲੋ ਲੀਟਰ ਦੁੱਧ ਪੂਰਾ, ਠੀਕ ਆ। ਜਾਤ ਨਸਲ ਬੜੀ ਤਗੜੀ ਵੇ, ਖੋਲ ਲਾ ਇਹਨੂੰ ਵੀ। ਸੋਹਣੀ ਸੁਨੱਖੀ ਪੂਰੀ ਆ, ਠੀਕ ਆ। ਅੱਜ ਹੀਟ ਚ ਆਈ ਹੈ, ਆਹ ਵੇਖੋ ਜੀ। ਬਾਕੀ ਕਿਸ ਦੀ ਕਿਸਮਤ ਦਾ ਟੀਕਾ ਲਵਾਵੇ ਤੇ ਖਲੋ ਵੀ ਸਕਦੀ ਆ। ਇਹਦਾ ਵੀਰ ਜੀ ਸੂਆ ਕਿਨਵਾ? ਦੂਜਾ ਸੂਆ ਸੂਈ, ਠੀਕ ਆ ਜੀ। ਮੋੜ ਲਾ, ਬਾਕੀ ਰੰਗ ਰੁੰਗ ਬਹੁਤ ਸੋਹਣਾ ਇਹਦਾ ਵੀ। ਬਾਕੀ ਵੀਰ ਨੇ ਅੱਜ ਕਹਿੰਦਾ ਵੀ ਟੀਕਾ ਲਵਾ ਵੀ ਦੇਣਾ ਵਾ, ਟੀਕਾ ਲਵਾ ਦੇਣਾ, ਠੀਕ ਆ। ਅਗਲੇ ਦੀ ਕਿਸਮਤ ਆ ਬਾਅਦ ਚ। ਮਗਰਲੇ ਥਾਣੇ ਚ ਨਾ ਧਾਰਾਂ ਘੱਟੋ ਘੱਟ ਕੇ 10 ਕੱਟ ਗਏ ਭਾਈ। ਕਿਹੜੀ ਚ? ਆਹ ਇੱਧਰ ਲਿਖਾ, ਬਹਿਣੀ ਵਾਲੇ ਜੀ ਦੂਜੇ ਦੂਜੇ ਓਕੇ।
ਅੱਛਾ ਰੱਸੀ ਪਾਉਣ ਦੀ ਲੋੜ ਆ? ਰੱਸੀ ਪਾ ਦੇਣੀ ਠੀਕ ਆ, ਸਿਰਫ ਦਹਾਂ ਧਾਰਾਂ ਦਾ ਫਰਕ ਹੋਊਗਾ। ਹਾਂਜੀ ਸਦੀਰੀ ਗੱਲ ਆ, ਠੀਕ ਆ, ਕੋਈ ਬਹੁਤਾ ਨਹੀਂ। ਤੇ ਮੁੱਲ? ਮੁੱਲ 10,000 ਰੁਪਈਆ। ਮਾਣ ਦਾਣ? 500 ਛੋੜ। ਠੀਕ ਆ, 9,500 ਦੀ। ਅਗਲੀ ਜਿਹੜੀ 6 ਕਿਲੋ ਪੂਰਾ ਲੇਖਾ, ਅਗਲੀ ਮੈਂ ਹੈ ਦੱਸੀ ਇਹਦੇ ਬਾਰੇ। ਇਹ ਵੀਰ ਤਿੱਲੜ ਆ, ਤਿੱਲੜ ਅਗਲੇ ਥਣ ਦੀ, ਅਗਲੇ ਥਣ ਦੀ ਤਿੱਲੜ। ਠੀਕ ਆ, ਦੋ ਤੀ ਇਹ ਕੋ 12 ਲੀਟਰ। ਠੀਕ ਆ, ਬੋਲੀ ਪਰਸੋਂ ਦੀ। ਅੱਛਾ ਠੀਕ ਹੈ, ਦੋ ਲਵਾ ਕੇ ਆਪਾਂ। ਹਾਂਜੀ ਹੁਣ ਇਸ ਟਾਈਮ ਦੋ ਤਿੰਨ ਲੀਟਰਾਂ ਦਾ ਚੋ ਵੀ ਨਾ 10 ਲੀਟਰ ਹੈਗਾ, 10 ਲੀਟਰ ਪੱਕਾ ਆਪਾਂ ਥੋੜ੍ਹਾ ਘਟਾਇਆ। ਠੀਕ ਆ, ਆ ਵੇਖੋ ਜੀ 10 ਲੀਟਰ ਦੁੱਧ ਇਹਦੇ ਕੋਲ ਤਿਆਰ ਆ। ਇਹਨੂੰ ਹੀ ਤੋਰ ਲਾ ਵੀਰ, ਕਰੋ ਚੈੱਕ, ਬਾਕੀ ਹਵਾਨਾ ਚੈੱਕ ਕਰ ਲਓ। ਤਿੰਨ ਥਾਣੇ, ਤਿੰਨਾਂ ਥਣਾਂ 'ਚੋਂ ਦੁੱਧ ਆਉਂਦਾ, ਇੱਕ 'ਚੋਂ ਬਿਲਕੁਲ ਨਹੀਂ ਆਉਂਦਾ ਵੀਰ ਦੁੱਧ, ਇੱਕ ਥਣ 'ਚੋਂ ਬਿਲਕੁਲ ਦੁੱਧ ਨਹੀਂ ਆਉਂਦਾ। ਆ ਜਾ, ਸੂਆ ਦੂਜਾ ਇਹ ਆ ਕਿ ਫੇਸ ਫੂਸ ਬਹੁਤ ਸੋਹਣਾ ਵਾ, ਚੰਗਾ ਸੋਹਣੀ ਸੁਨੱਖੀ ਪੂਰੀ ਆਪ ਆ, ਕੈਮ ਆ ਲਿੱਸੀ ਨਹੀਂ ਗੀ। ਹਾਂਜੀ ਬਾਕੀ ਅਗਲੇ ਦੀ ਕਿਸਮਤ ਆ ਜੀ। ਟੀਕਾ ਵੀਰ ਨੇ ਆਪ ਲਵਾਇਆ ਜੇ, ਅੱਜ 4 ਤਰੀਕ ਆ, 2 ਅਤੇ 3 ਤਰੀਕ ਦਾ ਟੀਕਾ ਲੱਗਾ ਜੇ। ਆ ਵੇਖੋ ਜੀ। ਹਾਂਜੀ ਵੀਰ ਜੀ ਦੱਸੀਏ ਫਿਰ ਮੁੱਲੇ ਦਾ। ਮੁੱਲ ਵੀਰ ਜਿੰਨਾ ਮਰਜ਼ੀ ਆ ਦੇਣਾ 20,000 ਦੇ। ਠੀਕ ਹੈ, ਛੋੜ ਕਰ ਦੋਗੇ? 19,000 ਦੇ ਦਾਂਗੇ। 19,000 ਦੀ ਠੀਕ ਹੈ ਜੀ, 500 ਰੁਪਏ ਛੋੜ। 19,000 ਚੋਂ 500 ਛੋੜ, 18,500 ਦੀ। ਠੀਕ ਆ, ਅਗਲੀ ਜਿਹੜੀ ਇਹ ਵੀਰ ਗਾਂ ਵੱਡੀ ਆ। ਹਾਂਜੀ ਵੱਡੀ ਆ, ਜਰਸੀ ਆ। ਠੀਕ ਆ, ਇਹਦੇ ਪੈਗਾ 12-13 ਲੀਟਰ, 12-13 ਲੀਟਰ ਹਾਂ, ਝਾਗਾ ਜਿਹੜਾ 20 ਲੀਟਰ। ਠੀਕ ਆ, 12-13 ਲੀਟਰ ਵੀਰ ਦੁੱਧ ਚ ਆਜੂਗਾ ਇਹਦੇ ਥੱਲਿਓ, ਕੱਦ ਕਾਠ ਦਾ ਪੂਰਾ ਵੱਡਾ। ਥਾਣ ਬੜਾ ਸੋਹਣਾ ਲੱਗਾ ਵਾ, ਐ ਵੱਡਾ ਵੱਡਾ ਥਾਣ, ਲੰਮਾ ਥਾਣ ਆ ਜੀ, ਬਾਕੀ ਕੱਦ ਇਹਦਾ ਸਾਰੀਆਂ ਨਾਲੋਂ ਵੱਡਾ ਵਾ, ਸੋਹਣੀ ਸੁਨੱਖੀ ਹੈ ਵੀ ਪੂਰੀ ਹੈ। ਵੇਖੋ ਕਰੋ ਚੈੱਕ, ਆ ਜਾ ਵੀਰ, ਜਰਸੀ ਜਰਸੀ ਵੱਡੀ ਆ ਜੀ। ਵੇਖੋ ਜੀ ਖਾਣ ਦੀ ਕੁਆਲਿਟੀ ਬਹੁਤ ਜੀ। ਇਹਨੂੰ ਵੀਰ ਜੀ ਰੱਸੀ ਪਾਉਣੀ ਪਊ ਕਿੱਦਾਂ ਜੀ? ਠੀਕ, ਅੱਛਾ ਜੀ ਠੀਕ ਆ। ਤੇ ਇਹਦਾ ਮੁੱਲ ਕਿੰਨਾ ਕਰਨਾ ਜੀ? ਮੁੱਲ ਇਹਦਾ ਮੈਂ ਕਿੰਨਾ ਕਰਨਾ ਵੀਰ? ਮੁੱਲ 30,000 ਕਰ ਦਈਏ। ਹਾਂਜੀ 30,000 ਕਰ ਦਈਏ। ਮਾਣ ਤਾਣ ਕਿੰਨਾ ਕਰ ਦੇਗਾ? 3,000 ਕਰ ਦਾਂਗੇ। 27,000 ਦੇ ਛੋੜ ਹੋ ਜੂ, 500 ਦੀ। ਠੀਕ ਆ, ਦੁੱਧ 12-13 ਲੀਟਰ ਥੱਲੇ ਦੇ। 26,000 ਦੀ ਕਰ ਦੇ, ਚਲੋ ਉਹ ਚੋਂ ਆਪਣੀ ਮਰਜ਼ੀ ਨਾਲ ਛੋੜ ਕਰ। ਠੀਕ ਆ, ਇਹ ਵੀਰ ਦੇ ਰੇਟ ਫਿਕਸ ਹੀ ਹੁੰਦੇ ਆ, ਤੇ ਜਿਹੜੇ ਵੀਰਾਂ ਨੂੰ ਪਤਾ ਨਾ ਵੀ ਜਿੰਨਾ ਕੁ ਦੁੱਧ ਵੀਰ ਦੱਸਦਾ ਉਨਾ ਕੀ ਹੁੰਦਾ ਵਾ, ਤੇ ਵੀਰ ਕੋਈ ਭਾਵੇਂ ਜਨਾਨੀ ਚੋਲੇ ਬੰਦਾ ਚੋਲੇ, ਹਾਂਜੀ ਕੋਈ ਪਰਵਾਹ ਨਹੀਂ ਕਰਮਾ। ਠੀਕ ਆ ਜੀ, ਕਰ ਨਹੀਂ ਵੀਰ ਕੋਈ ਗੱਲਬਾਤ ਹੋਰ? ਬਸ ਚੜ੍ਹਦੀ ਕਲਾ ਮੇਰਾ ਵੀ ਜੇ ਕਹਿੰਦੇ ਡੰਗਲੂਗਰ ਵੇਚਣਾ ਤੋਪੜ, ਹਾਂਜੀ ਤੇ ਮੈਨੂੰ ਫੋਨ ਕਰ ਦਿਆ ਕਰੋ। ਠੀਕ ਆ ਜੀ, ਸੱਜੇ ਰੱਬਾ ਹੀ ਲਈਦਾ, ਵੇਚਣ ਵਾਲਾ ਵੀ ਫੋਨ ਕਰ ਲਈ। ਠੀਕ ਆ, ਤੋਕੜ ਕੱਪਣ ਲਈ ਤਾਂ ਤੋਕੜ ਲੈਂਦੇ ਬਸ। ਠੀਕ ਆ, ਤੋਕੜ ਕੱਪਣ ਤੇ ਤੋਕੜਾਂ ਹੀ ਲੈਣੀਆਂ ਵਾ, ਬਸ ਸੱਜਰ ਵੀ ਨਹੀਂ ਲੈਣਾ ਤੇ ਗੱਭਣਾ ਵੀ ਲੈਣਾ। ਯਾਰ ਵੱਡੀ ਨਹੀਂ ਉਹਨੇ ਪੈਸੇ ਦੇਣੇ ਤੇ ਇਹਨੇ, ਹਾਂਜੀ ਐਵੇਂ ਇਹਨੇ ਪੈਸੇ ਬਣ ਕੇ ਬੈਠੇ ਰਹਿਣਾ। ਜੀ 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 ਠੀਕ ਆ ਜੀ, ਇਹ ਕਰਕੇ ਮੇਰਾ ਜੇ ਕੋਈ ਆਵੇ ਤਸੱਲੀ ਕਰਕੇ ਖੜਿਆ ਪਊ। ਠੀਕ ਆ, ਵੀਰ ਨੂੰ ਫੋਨ ਕਰ ਲਿਓ, ਸੋਹਣੀਆਂ ਸੁਨੱਖੀਆਂ ਪੂਰੀਆਂ, ਦੁੱਧ ਜਿੰਨਾ ਜਿੰਨਾ ਦੱਸਿਆ ਵੀਰ ਨੇ ਉਹਨਾਂ ਉਹਨਾਂ ਆਪ ਵੀ ਆ ਕੇ ਤਸੱਲੀ ਆਪਣੀ ਜ਼ਰੂਰ ਕਰਿਓ ਜੀ। ਵੀਡੀਓ ਨੂੰ ਕਰ ਦਿਓ ਸ਼ੇਅਰ ਜੀ, ਧੰਨਵਾਦ।